ਅੱਜ ਮੌਸਮ ਸਵੇਰ ਤੋਂ ਹੀ ਸੁਹਾਣਾ ਹੋ ਚੁੱਕਾ ਹੋਇਆ ਵਾ। ਬੀਤੀ ਰਾਤ ਵੀ ਬਾਰਿਸ਼ ਹੋ ਰਹੀ ਸੀਗੀ ਤੇ ਸਵੇਰੇ 10 ਵਜੇ ਤੋਂ ਕਰੀਬ ਜਿਹੜੀ ਕਿ ਬਾਰਿਸ਼ ਸ਼ੁਰੂ ਹੋ ਗਈ ਹੈ। ਤਸਵੀਰਾਂ ਦੇਖ ਸਕਦੇ ਹੋ ਕਿ ਸੜਕਾਂ ਤੇ ਫੇਰ ਤੋਂ ਪਾਣੀ ਨਜ਼ਰ ਆਉਣਾ ਸ਼ੁਰੂ ਹੋ ਚੁੱਕਾ ਹੋਇਆ ਵਾ ਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਜਿਹੜਾ ਟੈਂਪਰੇਚਰ ਹੈ ਇਸ ਵਕਤ 28 ਡਿਗਰੀ ਜਿਹੜਾ ਕਿ ਦਰਜ ਕੀਤਾ ਜਾ ਰਿਹਾ ਵਾ ਤੇ ਜਿਹੜੀ ਹਵਾ ਵਾ ਉਹਦੇ ਵਿੱਚ ਵੀ ਜਿਹੜੀ ਕਿ ਠੰਡਕ ਜਿਹੜੀ ਕਿ ਹੁਣ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਹੋਈ ਹੈ, ਕਿਉਂਕਿ ਇਸ ਵਾਰ ਇਹ ਮੌਨਸੂਨ ਦੀ ਗੱਲ ਕਰੀਏ ਤੇ ਕਾਫੀ ਕਮਜ਼ੋਰ ਰਿਹਾ ਹੈਗਾ ਵਾ, ਬਾਰਿਸ਼ ਇਸ ਵਾਰੀ ਘੱਟ ਹੋਈ ਹੈ, ਪਰ ਹੁਣ ਜਿਹੜੇ ਆਖਰੀ ਦਿਨ ਰਹਿ ਚੁੱਕੇ ਆ ਤੇ ਇਹਦੇ ਵਿੱਚ ਬਾਰਿਸ਼ ਹੁਣ ਹੁੰਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਬੀਤੀ ਰਾਤ ਵੀ ਕਾਫੀ ਤੇਜ਼ ਜਿਹੜੀ ਕਿ ਬਾਰਿਸ਼ ਹੋਈ ਤੇ ਕਾਫੀ ਘੰਟਿਆਂ ਤੱਕ ਜਿਹੜੀ ਕਿ ਬਾਰਿਸ਼ ਹੁੰਦੀ ਰਹੀ ਹੈ ਤੇ ਅੱਜ ਹੁਣ ਸਵੇਰ ਕਹਿ ਸਕਦੇ ਕਿ ਬਾਰਿਸ਼ ਫੇਰ ਤੋਂ ਉਸੇ ਤਰ੍ਹਾਂ ਤੇਜ਼ ਨਜ਼ਰ ਆ ਰਹੀ ਹੈ। ਪਰ ਜਿਹੜੇ ਲੋਕ ਕੰਮਾਂ ਕਾਰਾਂ ਤੇ ਨਿਕਲੇ ਹੋਏ ਆ ਕਿਤਨਾ ਕਿਤੇ ਉਹਨਾਂ ਨੂੰ ਜਿਹੜੇ ਕੀ ਹੈ ਦਿੱਕਤ ਦਾ ਸਾਹਮਣਾ ਕਰਨਾ ਪਊਗਾ, ਕਿਉਂਕਿ ਇਹ ਸਮਾਂ ਹੁੰਦਾ ਜਦੋਂ ਲੋਕ ਆਮ ਤੌਰ ਤੇ ਆਪਣੇ ਆਫਿਸ ਵੱਲ ਨੂੰ ਜਾਂਦੇ ਆ ਤੇ ਖਾਸ ਕਰਕੇ ਜਿਹੜੇ ਬਾਈਕਾਂ ਤੇ ਜਿਹੜੇ ਲੋਕ ਕੰਮਕਾਜ ਵਾਸਤੇ ਜਾਂਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਦਿੱਕਤ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ। ਪਰ ਦੂਜੇ ਪਾਸੇ ਮੌਸਮ 'ਚ ਜਿਹੜੀ ਕਿ ਹੈ ਠੰਡਕ ਜ਼ਰੂਰ ਮਹਿਸੂਸ ਹੁੰਦੀ ਪਈ ਹੈ। ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਸੜਕਾਂ ਦੀ ਤਾਂ ਉੱਥੇ ਜ਼ਰੂਰ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਤੇ ਕਹਿ ਸਕਦੇ ਕਿ ਕਾਰਪੋਰੇਸ਼ਨ ਦੀ ਪੋਲ ਵੀ ਖੁੱਲਦੀ ਹੋਈ ਨਜ਼ਰ ਆਉਂਦੀ ਹੈ, ਕਿਉਂਕਿ ਜਲੰਧਰ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਵਾ, ਲੇਕਿਨ ਉਸ ਤੋਂ ਬਾਵਜੂਦ ਜਿਹੜੀ ਕਿ ਸੜਕਾਂ ਤੇ ਪਾਣੀ ਉਸੇ ਤਰ੍ਹਾਂ ਜਿਹੜੇ ਕਿ ਕੁਛ ਹੀ ਘੰਟਿਆਂ ਬਾਅਦ ਪਰਦਾ ਹੋਇਆ ਨਜ਼ਰ ਆਉਂਦਾ, ਕਿਉਂਕਿ ਕੁਛ ਦੇਰ ਦੀ ਬਾਰਿਸ਼ ਹੁੰਦੀ ਹੈ ਲੇਕਿਨ ਉਸ ਤੋਂ ਬਾਅਦ ਪਾਣੀ ਭਰ ਜਾਂਦਾ ਵਾ। ਫਿਲਹਾਲ ਮੌਸਮ ਇੱਕ ਵਾਰੀ ਚੰਗਾ ਹੋ ਚੁੱਕਾ ਹੋਇਆ ਵਾ ਜਲੰਧਰ ਵਿੱਚ, ਕਿਉਂਕਿ ਬਾਰਿਸ਼ ਬੀਤੀ ਰਾਤ ਵੀ ਹੋਈ ਸੀ ਤੇ ਸਵੇਰ ਹੁੰਦੇ ਵੀ ਵੱਖ ਵੱਖ ਇਲਾਕਿਆਂ ਵਿੱਚ ਬਾਰਿਸ਼ ਸ਼ੁਰੂ ਹੋ ਗਈ ਸੀਗੀ ਤੇ ਸ਼ਹਿਰ ਵਿੱਚ ਕਹਿ ਸਕਦੇ 10 ਵਜੇ ਦੇ ਕਰੀਬ ਪੂਰੇ ਸ਼ਹਿਰ 'ਚ ਬਾਰਿਸ਼ ਜਿਹੜੀ ਕਿ ਪੈਣੀ ਸ਼ੁਰੂ ਹੋ ਗਈ ਸੀਗੀ। ਅੱਜ ਮੌਸਮ ਸਵੇਰ ਤੋਂ ਹੀ ਸੁਹਾਣਾ ਹੋ ਚੁੱਕਾ ਹੋਇਆ ਵਾ। ਬੀਤੀ ਰਾਤ ਵੀ ਬਾਰਿਸ਼ ਹੋ ਰਹੀ ਸੀਗੀ ਤੇ ਸਵੇਰੇ 10 ਵਜੇ ਤੋਂ ਕਰੀਬ ਜਿਹੜੀ ਕਿ ਬਾਰਿਸ਼ ਸ਼ੁਰੂ ਹੋ ਗਈ ਹੈ। ਤਸਵੀਰਾਂ ਦੇਖ ਸਕਦੇ ਹੋ ਕਿ ਸੜਕਾਂ ਤੇ ਫੇਰ ਤੋਂ ਪਾਣੀ ਨਜ਼ਰ ਆਉਣਾ ਸ਼ੁਰੂ ਹੋ ਚੁੱਕਾ ਹੋਇਆ ਵਾ ਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਜਿਹੜਾ ਟੈਂਪਰੇਚਰ ਹੈ ਇਸ ਵਕਤ 28 ਡਿਗਰੀ ਜਿਹੜਾ ਕਿ ਦਰਜ ਕੀਤਾ ਜਾ ਰਿਹਾ ਵਾ ਤੇ ਜਿਹੜੀ ਹਵਾ ਵਾ ਉਹਦੇ ਵਿੱਚ ਵੀ ਜਿਹੜੀ ਕਿ ਠੰਡਕ ਜਿਹੜੀ ਕਿ ਹੁਣ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਹੋਈ ਹੈ, ਕਿਉਂਕਿ ਇਸ ਵਾਰ ਇਹ ਮੌਨਸੂਨ ਦੀ ਗੱਲ ਕਰੀਏ ਤੇ ਕਾਫੀ ਕਮਜ਼ੋਰ ਰਿਹਾ ਹੈਗਾ ਵਾ, ਬਾਰਿਸ਼ ਇਸ ਵਾਰੀ ਘੱਟ ਹੋਈ ਹੈ, ਪਰ ਹੁਣ ਜਿਹੜੇ ਆਖਰੀ ਦਿਨ ਰਹਿ ਚੁੱਕੇ ਆ ਤੇ ਇਹਦੇ ਵਿੱਚ ਬਾਰਿਸ਼ ਹੁਣ ਹੁੰਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਬੀਤੀ ਰਾਤ ਵੀ ਕਾਫੀ ਤੇਜ਼ ਜਿਹੜੀ ਕਿ ਬਾਰਿਸ਼ ਹੋਈ ਤੇ ਕਾਫੀ ਘੰਟਿਆਂ ਤੱਕ ਜਿਹੜੀ ਕਿ ਬਾਰਿਸ਼ ਹੁੰਦੀ ਰਹੀ ਹੈ ਤੇ ਅੱਜ ਹੁਣ ਸਵੇਰ ਕਹਿ ਸਕਦੇ ਕਿ ਬਾਰਿਸ਼ ਫੇਰ ਤੋਂ ਉਸੇ ਤਰ੍ਹਾਂ ਤੇਜ਼ ਨਜ਼ਰ ਆ ਰਹੀ ਹੈ। ਪਰ ਜਿਹੜੇ ਲੋਕ ਕੰਮਾਂ ਕਾਰਾਂ ਤੇ ਨਿਕਲੇ ਹੋਏ ਆ ਕਿਤਨਾ ਕਿਤੇ ਉਹਨਾਂ ਨੂੰ ਜਿਹੜੇ ਕੀ ਹੈ ਦਿੱਕਤ ਦਾ ਸਾਹਮਣਾ ਕਰਨਾ ਪਊਗਾ, ਕਿਉਂਕਿ ਇਹ ਸਮਾਂ ਹੁੰਦਾ ਜਦੋਂ ਲੋਕ ਆਮ ਤੌਰ ਤੇ ਆਪਣੇ ਆਫਿਸ ਵੱਲ ਨੂੰ ਜਾਂਦੇ ਆ ਤੇ ਖਾਸ ਕਰਕੇ ਜਿਹੜੇ ਬਾਈਕਾਂ ਤੇ ਜਿਹੜੇ ਲੋਕ ਕੰਮਕਾਜ ਵਾਸਤੇ ਜਾਂਦੇ ਆ ਉਹਨਾਂ ਨੂੰ ਕਿਤੇ ਨਾ ਕਿਤੇ ਦਿੱਕਤ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ। ਪਰ ਦੂਜੇ ਪਾਸੇ ਮੌਸਮ 'ਚ ਜਿਹੜੀ ਕਿ ਹੈ ਠੰਡਕ ਜ਼ਰੂਰ ਮਹਿਸੂਸ ਹੁੰਦੀ ਪਈ ਹੈ। ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਸੜਕਾਂ ਦੀ ਤਾਂ ਉੱਥੇ ਜ਼ਰੂਰ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਤੇ ਕਹਿ ਸਕਦੇ ਕਿ ਕਾਰਪੋਰੇਸ਼ਨ ਦੀ ਪੋਲ ਵੀ ਖੁੱਲਦੀ ਹੋਈ ਨਜ਼ਰ ਆਉਂਦੀ ਹੈ, ਕਿਉਂਕਿ ਜਲੰਧਰ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਵਾ, ਲੇਕਿਨ ਉਸ ਤੋਂ ਬਾਵਜੂਦ ਜਿਹੜੀ ਕਿ ਸੜਕਾਂ ਤੇ ਪਾਣੀ
ਉਸੇ ਤਰ੍ਹਾਂ ਜਿਹੜੇ ਕਿ ਕੁਛ ਹੀ ਘੰਟਿਆਂ ਬਾਅਦ ਪਰਦਾ ਹੋਇਆ ਨਜ਼ਰ ਆਉਂਦਾ, ਕਿਉਂਕਿ ਕੁਛ ਦੇਰ ਦੀ ਬਾਰਿਸ਼ ਹੁੰਦੀ ਹੈ ਲੇਕਿਨ ਉਸ ਤੋਂ ਬਾਅਦ ਪਾਣੀ ਭਰ ਜਾਂਦਾ ਵਾ। ਫਿਲਹਾਲ ਮੌਸਮ ਇੱਕ ਵਾਰੀ ਚੰਗਾ ਹੋ ਚੁੱਕਾ ਹੋਇਆ ਵਾ ਜਲੰਧਰ ਵਿੱਚ, ਕਿਉਂਕਿ ਬਾਰਿਸ਼ ਬੀਤੀ ਰਾਤ ਵੀ ਹੋਈ ਸੀ ਤੇ ਸਵੇਰ ਹੁੰਦੇ ਵੀ ਵੱਖ ਵੱਖ ਇਲਾਕਿਆਂ ਵਿੱਚ ਬਾਰਿਸ਼ ਸ਼ੁਰੂ ਹੋ ਗਈ ਸੀਗੀ ਤੇ ਸ਼ਹਿਰ ਵਿੱਚ ਕਹਿ ਸਕਦੇ 10 ਵਜੇ ਦੇ ਕਰੀਬ ਪੂਰੇ ਸ਼ਹਿਰ ਚ ਬਾਰਿਸ਼ ਜਿਹੜੀ ਕਿ ਪੈਣੀ ਸ਼ੁਰੂ ਹੋ ਗਈ ਸੀਗੀ।